ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ 1 ਫਰਵਰੀ 2024 ਨੂੰ ਬਜਟ ਪੇਸ਼ ਕਰੇਗੀ। ਆਉਣ ਵਾਲਾ ਬਜਟ ਅੰਤਰਿਮ ਹੋਵੇਗਾ ਕਿਉਂਕਿ 2024 ਦੇ ਅਪ੍ਰੈਲ ਮਈ ਵਿੱਚ ਚੋਣਾਂ ਹੋਣ ਵਾਲੀਆਂ ਨੇ। ਚੋਣਾਂ ਤੋਂ ਬਾਅਦ ਆਉਣ ਵਾਲੀ ਸਰਕਾਰ ਆਪਣਾ ਪੂਰਾ ਬਜਟ ਪੇਸ਼ ਕਰੇਗੀ, ਇਸ ਲਈ ਸਭ ਤੋਂ ਪਹਿਲਾਂ ਪੇਸ਼ ਹੋਣ ਵਾਲਾ ਬਜਟ ਅੰਤਰਿਮ ਬਜਟ ਕਹਿਲਾਉਂਦਾ ਹੈ। ਇਹ ਆਮ ਬਜਟ ਨਾਲੋਂ ਵੱਖਰਾ ਹੁੰਦਾ ਹੈ। ਕੀ ਤੁਸੀਂ ਜਾਣਦੇ ਹੋ ਕਿ ਐਮਰਜੈਂਸੀ ਵਿੱਚ ਸਰਕਾਰ ਨੂੰ ਫੰਡਾਂ ਦੀ ਲੋੜ ਹੁੰਦੀ ਹੈ ਤਾਂ ਸਰਕਾਰ ਕਿਵੇਂ ਪ੍ਰਬੰਧ ਕਰਦੀ ਹੈ? ਇੱਥੇ ਅਸੀਂ ਤੁਹਾਨੂੰ ਬਜਟ ਨਾਲ ਜੁੜੇ ਕੁਝ ਅਜਿਹੀਆਂ ਹੀ ਸ਼ਰਤਾਂ ਬਾਰੇ ਦੱਸ ਰਹੇ ਹਾਂ ਜਿਸ ਨਾਲ ਬਜਟ ਦੀ ਭਾਸ਼ਾ ਨੂੰ ਸਮਝਣਾ ਆਸਾਨ ਹੋ ਜਾਵੇਗਾ। ਕੰਸੋਲੀਡੇਟਡ ਫੰਡ ਆਫ ਇੰਡੀਆ ਵਿੱਚੋਂ ਪੈਸੇ ਕਢਵਾਉਣ ਲਈ ਇੱਕ ਬਿੱਲ ਦੀ ਲੋੜ ਹੁੰਦੀ ਹੈ। ਇਹ ਇੱਕ ਮਨੀ ਬਿੱਲ ਹੈ ਜੋ ਸਾਲ ਵਿੱਚ ਇੱਕ ਵਾਰ ਜਾਂ ਇੱਕ ਤੋਂ ਵੱਧ ਵਾਰ ਪਾਸ ਕੀਤਾ ਜਾਂਦਾ ਹੈ। ਸੰਵਿਧਾਨ ਤੋਂ ਮਨੀ ਬਿੱਲ ਨੂੰ ਪਾਸ ਕਰਨ ਦੇ ਮਾਮਲੇ ਵਿੱਚ ਲੋਕ ਸਭਾ ਨੂੰ ਜ਼ਿਆਦਾ ਅਧਿਕਾਰ ਹਾਸਲ ਨੇ। ਸੰਵਿਧਾਨ ਦੇ ਆਰਟੀਕਲ 114 ਵਿੱਚ ਇਹ ਕਿਹਾ ਗਿਆ ਹੈ ਕਿ ਸੰਸਦ ਜਾਂ ਰਾਜਾਂ ਦੀਆਂ ਵਿਧਾਨ ਸਭਾਵਾਂ ਦੀ ਪ੍ਰਵਾਨਗੀ ਤੋਂ ਬਿਨਾਂ ਏਕੀਕ੍ਰਿਤ ਫੰਡ ਆਫ ਇੰਡੀਆ ਵਿੱਚੋਂ ਪੈਸਾ ਨਹੀਂ ਕੱਢਿਆ ਜਾ ਸਕਦਾ। ਆਮ ਤੌਰ ਤੇ ਬਜਟ ਪੇਸ਼ ਹੋਣ ਤੋਂ ਬਾਅਦ ਇੱਕ ਬਿੱਲ ਪੇਸ਼ ਕੀਤਾ ਜਾਂਦਾ ਹੈ ਤਾਂ ਜੋ ਸਰਕਾਰ ਅਲਾਟਮੈਂਟ ਲਈ ਪੈਸਾ ਕਢਵਾ ਸਕੇ। ਐਕਸੈਸ ਗ੍ਰਾਂਟ ਕੀ ਹੈ? ਸੰਵਿਧਾਨ ਦੇ ਆਰਟੀਕਲ 113 ਵਿੱਚ ਕਿਹਾ ਗਿਆ ਹੈ ਕਿ ਕੰਸੋਲੀਡੇਟਡ ਫੰਡ ਆਫ ਇੰਡੀਆ ਤੋਂ ਅਨੁਮਾਨਿਤ ਖਰਚ ਸਾਲਾਨਾ ਵਿੱਤੀ ਸਟੇਟਮੈਂਟ ਵਿੱਚ ਸ਼ਾਮਿਲ ਹੁੰਦਾ ਹੈ ਤੇ ਇਸ ਤੇ ਲੋਕ ਸਭਾ ਵਿੱਚ ਵੋਟਿੰਗ ਜ਼ਰੂਰੀ ਹੈ। ਡਿਮਾਂਡ ਫਾਰ ਗ੍ਰਾਂਟਾਂ ਦੇ ਰੂਪ ਵਿੱਚ ਪੇਸ਼ ਕਰਨਾ ਹੁੰਦਾ ਹੈ। ਸਾਲਾਨਾ ਵਿੱਤੀ ਸਟੇਟਮੈਂਟ ਦੇ ਨਾਲ ਡਿਮਾਂਡ ਫਾਰ ਗ੍ਰਾਂਟਸ ਨੂੰ ਲੋਕ ਸਭਾ ਵਿੱਚ ਪੇਸ਼ ਕੀਤਾ ਜਾਂਦਾ ਹੈ। ਆਮ ਤੌਰ ਤੇ ਹਰੇਕ ਮੰਤਰਾਲੇ ਜਾਂ ਵਿਭਾਗ ਦੇ ਹਿਸਾਬ ਨਾਲ ਇੱਕ ਡਿਮਾਂਡ ਫਾਰ ਗ੍ਰਾਂਟ ਪੇਸ਼ ਕੀਤਾ ਜਾਂਦਾ ਹੈ। ਹਾਲਾਂਕਿ ਜ਼ਰੂਰਤ ਪੈਣ ਤੇ ਇੱਕ ਮੰਤਰਾਲਾ ਜਾਂ ਵਿਭਾਗ ਲਈ ਇੱਕ ਤੋਂ ਜ਼ਿਆਦਾ ਡਿਮਾਂਡ ਫਾਰ ਗ੍ਰਾਂਟ ਪੇਸ਼ ਕੀਤੀ ਜਾ ਸਕਦੀ ਹੈ। ਬਿਊਰੋ ਰਿਪੋਰਟ, ਡੇਲੀ ਪੋਸਟ, ਪੰਜਾਬੀ। ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ 1 ਫਰਵਰੀ 2024 ਨੂੰ ਬਜਟ ਪੇਸ਼ ਕਰੇਗੀ। ਆਉਣ ਵਾਲਾ ਬਜਟ ਅੰਤਰਿਮ ਹੋਵੇਗਾ ਕਿਉਂਕਿ 2024 ਦੇ ਅਪ੍ਰੈਲ ਮਈ ਵਿੱਚ ਚੋਣਾਂ ਹੋਣ ਵਾਲੀਆਂ ਨੇ। ਚੋਣਾਂ ਤੋਂ ਬਾਅਦ ਆਉਣ ਵਾਲੀ ਸਰਕਾਰ ਆਪਣਾ ਪੂਰਾ ਬਜਟ ਪੇਸ਼ ਕਰੇਗੀ, ਇਸ ਲਈ ਸਭ ਤੋਂ ਪਹਿਲਾਂ ਪੇਸ਼ ਹੋਣ ਵਾਲਾ ਬਜਟ ਅੰਤਰਿਮ ਬਜਟ ਕਹਿਲਾਉਂਦਾ ਹੈ। ਇਹ ਆਮ ਬਜਟ ਨਾਲੋਂ ਵੱਖਰਾ ਹੁੰਦਾ ਹੈ। ਕੀ ਤੁਸੀਂ ਜਾਣਦੇ ਹੋ ਕਿ ਐਮਰਜੈਂਸੀ ਵਿੱਚ ਸਰਕਾਰ ਨੂੰ ਫੰਡਾਂ ਦੀ ਲੋੜ ਹੁੰਦੀ ਹੈ ਤਾਂ ਸਰਕਾਰ ਕਿਵੇਂ ਪ੍ਰਬੰਧ ਕਰਦੀ ਹੈ? ਇੱਥੇ ਅਸੀਂ ਤੁਹਾਨੂੰ ਬਜਟ ਨਾਲ ਜੁੜੇ ਕੁਝ ਅਜਿਹੀਆਂ ਹੀ ਸ਼ਰਤਾਂ ਬਾਰੇ ਦੱਸ ਰਹੇ ਹਾਂ ਜਿਸ ਨਾਲ ਬਜਟ ਦੀ ਭਾਸ਼ਾ ਨੂੰ ਸਮਝਣਾ ਆਸਾਨ ਹੋ ਜਾਵੇਗਾ। ਕੰਸੋਲੀਡੇਟਡ ਫੰਡ ਆਫ ਇੰਡੀਆ ਵਿੱਚੋਂ ਪੈਸੇ ਕਢਵਾਉਣ ਲਈ ਇੱਕ ਬਿੱਲ ਦੀ ਲੋੜ ਹੁੰਦੀ ਹੈ। ਇਹ ਇੱਕ ਮਨੀ ਬਿੱਲ ਹੈ ਜੋ ਸਾਲ ਵਿੱਚ ਇੱਕ ਵਾਰ ਜਾਂ ਇੱਕ ਤੋਂ ਵੱਧ ਵਾਰ ਪਾਸ ਕੀਤਾ ਜਾਂਦਾ ਹੈ। ਸੰਵਿਧਾਨ ਤੋਂ ਮਨੀ ਬਿੱਲ ਨੂੰ ਪਾਸ ਕਰਨ ਦੇ ਮਾਮਲੇ ਵਿੱਚ ਲੋਕ ਸਭਾ ਨੂੰ ਜ਼ਿਆਦਾ ਅਧਿਕਾਰ ਹਾਸਲ ਨੇ। ਸੰਵਿਧਾਨ ਦੇ ਆਰਟੀਕਲ 114 ਵਿੱਚ ਇਹ ਕਿਹਾ ਗਿਆ ਹੈ ਕਿ ਸੰਸਦ ਜਾਂ ਰਾਜਾਂ ਦੀਆਂ ਵਿਧਾਨ ਸਭਾਵਾਂ ਦੀ ਪ੍ਰਵਾਨਗੀ ਤੋਂ ਬਿਨਾਂ ਏਕੀਕ੍ਰਿਤ ਫੰਡ ਆਫ ਇੰਡੀਆ ਵਿੱਚੋਂ ਪੈਸਾ ਨਹੀਂ ਕੱਢਿਆ ਜਾ ਸਕਦਾ। ਆਮ ਤੌਰ ਤੇ ਬਜਟ ਪੇਸ਼ ਹੋਣ ਤੋਂ ਬਾਅਦ ਇੱਕ ਬਿੱਲ ਪੇਸ਼ ਕੀਤਾ ਜਾਂਦਾ ਹੈ ਤਾਂ ਜੋ ਸਰਕਾਰ ਅਲਾਟਮੈਂਟ ਲਈ ਪੈਸਾ ਕਢਵਾ ਸਕੇ। ਐਕਸੈਸ ਗ੍ਰਾਂਟ ਕੀ ਹੈ? ਸੰਵਿਧਾਨ ਦੇ ਆਰਟੀਕਲ 113 ਵਿੱਚ ਕਿਹਾ ਗਿਆ ਹੈ ਕਿ ਕੰਸੋਲੀਡੇਟਡ ਫੰਡ ਆਫ ਇੰਡੀਆ ਤੋਂ ਅਨੁਮਾਨਿਤ ਖਰਚ ਸਾਲਾਨਾ ਵਿੱਤੀ ਸਟੇਟਮੈਂਟ ਵਿੱਚ ਸ਼ਾਮਿਲ ਹੁੰਦਾ ਹੈ ਤੇ ਇਸ ਤੇ ਲੋਕ ਸਭਾ ਵਿੱਚ ਵੋਟਿੰਗ ਜ਼ਰੂਰੀ ਹੈ। ਡਿਮਾਂਡ ਫਾਰ ਗ੍ਰਾਂਟਾਂ ਦੇ ਰੂਪ ਵਿੱਚ ਪੇਸ਼ ਕਰਨਾ ਹੁੰਦਾ ਹੈ। ਸਾਲਾਨਾ ਵਿੱਤੀ ਸਟੇਟਮੈਂਟ ਦੇ ਨਾਲ ਡਿਮਾਂਡ ਫਾਰ ਗ੍ਰਾਂਟਸ ਨੂੰ ਲੋਕ ਸਭਾ ਵਿੱਚ ਪੇਸ਼ ਕੀਤਾ ਜਾਂਦਾ ਹੈ। ਆਮ ਤੌਰ ਤੇ ਹਰੇਕ ਮੰਤਰਾਲੇ ਜਾਂ ਵਿਭਾਗ ਦੇ ਹਿਸਾਬ ਨਾਲ ਇੱਕ ਡਿਮਾਂਡ ਫਾਰ ਗ੍ਰਾਂਟ ਪੇਸ਼ ਕੀਤਾ ਜਾਂਦਾ ਹੈ। ਹਾਲਾਂਕਿ ਜ਼ਰੂਰਤ ਪੈਣ ਤੇ ਇੱਕ ਮੰਤਰਾਲਾ ਜਾਂ ਵਿਭਾਗ ਲਈ ਇੱਕ ਤੋਂ ਜ਼ਿਆਦਾ ਡਿਮਾਂਡ ਫਾਰ ਗ੍ਰਾਂਟ ਪੇਸ਼ ਕੀਤੀ ਜਾ ਸਕਦੀ ਹੈ। ਬਿਊਰੋ ਰਿਪੋਰਟ, ਡੇਲੀ ਪੋਸਟ, ਪੰਜਾਬੀ।